ਕੀ ਤੂੰ ਆਪਣੇ ਬੱਚੇ ਨੂੰ ਦੁੱਧ ਦੇ ਪਾ ਰਹੀ ਹੈ ਪੂਰਾ ਨਹੀਂ ਮੇਰੇ ਦੁੱਧ ਦੀ ਮਾਤਰਾ ਬੜੀ ਘੱਟ ਹੋਣੀ ਕਿ ਆਪ ਕੀ ਮੈਂ ਆਪਣੇ ਬੱਚੇ ਨੂੰ ਪਾਣੀ ਪਿਆ ਸਕਦੀ ਹਾਂ ਨਹੀਂ ਜੀ ਤੂੰ ਆਪਣੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਕਿਉਂਕਿ ਦੁੱਧ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਪਾਣੀ ਦੀ ਮਾਤਰਾ ਹੁੰਦੀ ਹੈ ਅਤੇ 6 ਮਹੀਨੇ ਤੋਂ ਤੇਰਾ ਬੱਚਾ ਜੇ ਛੋਟਾ ਅਤੇ ਤੂੰ ਬੱਚੇ ਨੂੰ ਬਿਲਕੁਲ ਪਾਣੀ ਨਹੀਂ ਦੇਣਾ ਜਿੱਥੋਂ ਤੱਕ ਹੋ ਸਕੇ ਵੱਧ ਤੋਂ ਵੱਧ ਆਪਦਾ ਹੀ ਦੁੱਧ ਪਿਆਉਣਾ ਮੈਂ ਡਿਊਟੀ 'ਤੇ ਚੱਲ ਜਾਂਦੀ ਹਾਂ ਜਿਸ ਕਰਕੇ ਮੇਰੇ ਬੱਚੇ ਨੂੰ ਦੁੱਧ ਵੀ ਪਿਆਉਣ ਦੀ ਪ੍ਰੋਬਲਮ ਹੁੰਦੀ ਆ ਉਹਦੇ ਵਾਸਤੇ ਕੀ ਕੀਤਾ ਜਾਵੇ ਅੱਛਾ ਡਿਊਟੀ ਤੂੰ ਜਦੋਂ ਜਾਂਦੀ ਹੈ ਤੂੰ ਬੱਚੇ ਨੂੰ ਨਾਲ ਨਹੀਂ ਲੈ ਜਾ ਸਕਦੀ ਨਹੀਂ ਉੱਥੇ ਅਲਾਊਡ ਨਹੀਂ ਗਾ ਅੱਛਾ ਅਲਾਊਡ ਨਹੀਂ ਹੈ ਫਿਰ ਤੂੰ ਬੇਟਾ ਇੱਕ ਕੰਮ ਕਰਿਆ ਕਰ ਆਪਦਾ ਦੁੱਧ ਕਿਸੇ ਗਰਾਸੀ 'ਚ ਕਿਸੇ ਸਾਫ਼ ਭਾਂਡੇ 'ਚ ਕੱਢ ਜਿਆ ਕਰ ਫਿਰ ਘਰ ਤੇਰੀ ਸੱਸ ਜਾਂ ਤੇਰੀ ਜਠਾਣੀ ਜਿਹੜਾ ਬੱਚੇ ਦੀ ਬਾਅਦ 'ਚ ਦੇਖਭਾਲ ਕਰਦਾ ਉਹਨਾਂ ਨੂੰ ਇਹ ਕਹਿ ਕੇ ਜਾਇਆ ਕਰ ਕਿ ਬੱਚੇ ਨੂੰ ਕੋਈ ਪਾਣੀ ਨਹੀਂ ਦੇਣਾ ਕੁਛ ਨਹੀਂ ਦੇਣਾ ਅਤੇ ਸਿਰਫ ਤੇਰਾ ਜਿਹੜਾ ਕੱਢਿਆ ਹੋਇਆ ਦੁੱਧ ਹੋਏਗਾ ਉਹ ਹੀ ਦੇਣਾ ਤੂੰ ਬੱਚੇ ਨੂੰ ਠੀਕ ਆ ਅਤੇ ਤੁਹਾਨੂੰ ਇਹ ਵੀ ਪਤਾ ਕਿ ਜਿਹੜਾ ਮਾਂ ਦਾ ਦੁੱਧ ਆ ਉਹ ਪੂਰਨ ਆਹਾਰ ਹੈ ਇਸ ਤੋਂ ਸਿਵਾ ਅਸੀਂ ਬੱਚੇ ਨੂੰ ਕੁਛ ਨਹੀਂ ਦੇਣਾ ਅਤੇ ਬੱਚੇ ਨੂੰ ਵੱਧ ਤੋਂ ਵੱਧ ਤੂੰ ਆਪਦਾ ਹੀ ਦੁੱਧ ਦੇਣਾ ਮੇਰੇ ਦੁੱਧ ਵੀ ਬਹੁਤ ਘੱਟ ਆਉਂਦਾ ਆ ਅੱਛਾ ਦੁੱਧ ਦੀ ਪ੍ਰੋਬਲਮ ਵੀ ਹੈ ਤੈਨੂੰ ਘੱਟ ਆਉਂਦਾ ਤੁਸੀਂ ਇਹ ਕੰਮ ਕਰਿਆ ਕਰੋ ਵੱਧ ਤੋਂ ਵੱਧ ਤਰਲ ਚੀਜ਼ਾਂ ਪੀਓ ਲੱਸੀ ਦਹੀਂ ਫਿਰ ਆਪਣੇ ਜੂਸ ਹੈ ਨਾ ਆਹ ਸਭ ਚੀਜ਼ਾਂ ਵੱਧ ਤੋਂ ਵੱਧ ਪੀਓ ਜਿੰਨਾ ਤੁਸੀਂ ਦੁੱਧ ਲੱਸੀ ਆਪ ਪੀਓਗੇ ਬੱਚੇ ਨੂੰ ਓਨਾ ਹੀ ਜ਼ਿਆਦਾ ਦੁੱਧ ਆਏਗਾ ਠੀਕ ਹੈ ਨਾ ਪਰ 6 ਮਹੀਨੇ ਤੱਕ ਤੁਸੀਂ ਬੱਚੇ ਨੂੰ ਕੋਈ ਵੀ ਚੀਜ਼ ਨਹੀਂ ਦੇਣੀ